ਸਸਕਾਲ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਚੁੱਕੀ ਆ ਧਰਨੇ ਬਾਰੇ ਪਲਾਨਿੰਗ ਚੱਲਦੀ ਪਈ ਆ ਇੱਕ ਪੰਜਾਬ ਲੈਵਲ ਦਾ WhatsApp ਗਰੁੱਪ ਬਣਾਇਆ ਗਿਆ ਉਹਦੇ ਵਿੱਚ ਤੁਸੀਂ ਜੁਆਇਨ ਕਰਨਾ ਹੈ ਜਿਹੜੇ ਸੱਚ ਦਿਲੋਂ ਸਟੈਨੋ ਕਰਨ ਵਾਲੇ ਆ ਸਟੈਨੋ ਨੂੰ ਪਿਆਰ ਕਰਨ ਵਾਲੇ ਲੰਮੇ ਟਾਈਮ ਤੋਂ ਸਟੈਨੋ ਕਰਦੇ ਆ ਰਹੇ ਆ ਉਸ ਗਰੁੱਪ ਨੂੰ ਜੁਆਇਨ ਕਰਨਾ ਧਰਨੇ ਵਾਸਤੇ ਧਰਨੇ ਦੀ ਪਲਾਨਿੰਗ ਚੱਲਦੀ ਪਈ ਆ ਧਰਨੇ ਦੀ ਜਗ੍ਹਾ ਤੇ ਡੇਟ ਬਹੁਤ ਜਲਦੀ ਅਨਾਉਂਸ ਕੀਤੀ ਜਾਊਗੀ ਜਿਵੇਂ ਇਨਫੋਰਮੇਸ਼ਨ ਮਿਲਦੀ ਆ ਯੂਨੀਅਨ ਦੇ ਵੱਲੋਂ ਤੁਹਾਨੂੰ ਅਸੀਂ ਅਪਡੇਟ ਕਰਾਂਗੇ ਉਸ ਗਰੁੱਪ ਨੂੰ ਹੁਣੇ ਜੁਆਇਨ ਕਰ ਲਓ ਤਾਂ ਜੋ ਤੁਹਾਨੂੰ ਧਰਨੇ ਬਾਰੇ ਇਨਫੋਰਮੇਸ਼ਨ ਜਲਦੀ ਮਿਲਦੀ ਰਹੇ ਧਰਨੇ ਤੋਂ ਬਣਾ ਆਪਣਾ ਹੱਲ ਨਹੀਂ ਹੋਣਾ ਜਿਹੜਾ ਹੈਲਪ ਲਾਈਨ ਨੰਬਰ ਦਿੱਤਾ ਸੀ ਸਰਕਾਰ ਨੇ ਉਹਦੇ ਵਿੱਚ ਵੀ ਕੋਈ ਚਾਹੀਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਵੀ ਕਦੋਂ ਆਪਣਾ ਪੇਪਰ ਹੋਏਗਾ ਤੇ ਵੇਟ ਕਰਨ ਦਾ ਕੋਈ ਕੋਈ ਮਤਲਬ ਨਹੀਂ ਹੈਗਾ ਹੁਣ ਵੇਟ ਬਹੁਤ ਕਰ ਲਈ ਆ ਤੇ ਹੁਣ ਹੱਲ ਧਰਨਾ ਹੀ ਆ ਇੱਕ ਵਾਰੀ ਗਵਰਨਮੈਂਟ ਨੂੰ ਦਿਖਾਉਣਾ ਪਊ ਕਿ ਕਿੰਨੇ ਕਿ ਬੱਚੇ ਸਟੈਨ ਨੂੰ ਕਰਨ ਵਾਲੇ ਹੈਗੇ ਵੱਧ ਵੱਧ ਚੰਨੋਂ ਪੁਰਾਣੇ ਸਟੈਨ ਨੂੰ ਕਰਨ ਵਾਲੇ ਜਿਹੜੇ ਦਿਲੋਂ ਪਿਆਰ ਕਰਦੇ ਆ ਸਟੈਨ ਨੂੰ ਬਹੁਤ ਲੰਮੇ ਟਾਈਮ ਤੋਂ ਸਟੈਨ ਨੂੰ ਪੇਪਰ ਦਾ ਇੰਤਜ਼ਾਰ ਕਰਦੇ ਆ ਉਹਨਾਂ ਬੱਚਿਆਂ ਨੇ ਜ਼ਰੂਰ ਇਸ ਗਰੁੱਪ ਨੂੰ ਜੁਆਇਨ ਕਰਨਾ ਤੇ ਧਰਨੇ ਵਿੱਚ ਸ਼ਾਮਲ ਹੋਣਾ ਆ ਤਰਨਤ ਬਣਾ ਆਪਣਾ ਕੋਈ ਹੱਲ ਨਹੀਂ ਹੋਣਾ ਗਵਰਨਮੈਂਟ ਨੂੰ ਆਪਣੀ ਕੋਈ ਫਿਕਰ ਨਹੀਂ ਹੈਗੀ ਪੁਰਾਣੀਆਂ ਪੋਸਟਾਂ ਜਿਹੜੀਆਂ ਹੈਗੀਆਂ ਵਿੱਚ ਲਟਕਦੀਆਂ ਪਈਆਂ ਤਨਵੇਂ ਪੋਸਟਾਂ ਕੱਢਦੀ ਪਈ ਆ ਪੈਸਾ ਇਕੱਠਾ ਹੋ ਰਿਹਾ ਹੈ ਗਵਰਨਮੈਂਟ ਦੇ ਕੋਲ ਪਰ ਪੇਪਰ ਲੈਣ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈਗਾ ਕਿਸੇ ਨੂੰ ਜੁਆਇਨਿੰਗ ਕਰਵਾਉਂਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈਗਾ ਇਸ ਕਰਕੇ ਵੱਧ ਤੋਂ ਵੱਧ ਇਸ ਗਰੁੱਪ ਨੂੰ ਜੁਆਇਨ ਕਰੋ ਇਸ ਵਿੱਚ ਡਿਸਕਸ ਕਰੋ ਆਪਣੇ ਕੁਐਸਚਨ ਜੋ ਤੁਹਾਡੇ ਦਿਮਾਗ ਵਿੱਚ ਚੱਲਦੇ ਪਏ ਆ ਕੋਈ ਜੋ ਤੁਹਾਡੇ ਸੁਝਾਅ ਹੈਗੇ ਆ ਧਰਨੇ ਬਾਰੇ ਧਰਨਾ ਕਿੱਥੇ ਲਾਇਆ ਜਾਵੇ ਐਸਬੋਰਡ ਲਾਇਆ ਜਾਵੇ ਸੀਐਮ ਹਾਊਸ ਲਾਇਆ ਜਾਵੇ ਧੂਰੀ ਲਾਇਆ ਜਾਵੇ ਜਾਂ ਆਪਣਾ ਸੀਐਮ ਦੇ ਹਾਊਸ ਚੰਡੀਗੜ੍ਹ ਲਗਾਇਆ ਜਾਵੇ ਉਹਦੇ ਬਾਰੇ ਤੁਸੀਂ ਆਪ ਦੇ ਸੁਝਾਅ ਦੇਣੇ ਆ ਡੇਟ ਉਹ ਸਭ ਨਾਲ ਡਿਸਾਈਡ ਹੋਏਗੀ ਬੱਚੇ ਜਿਸ ਸਭ ਨਾਲ ਆਪਣਾ ਫੀਡਬੈਕ ਦੇਣ ਦੇ ਅਕੋਰਡਿੰਗਲੀ ਡੇਟ ਅਨਾਉਂਸ ਹੋਏਗੀ ਜੇ ਬੱਚੇ ਜਾਣ ਚ ਇੰਟਰਸਟ ਨਹੀਂ ਹੋਈ ਤੇ ਧਰਨਾ ਕੈਨਸਲ ਵੀ ਕੀਤਾ ਜਾ ਸਕਦਾ ਹੈ ਇਸਕੇ ਵੱਤਵਾ ਜਿਹੜੇ ਦਿਲੋਂ ਪਿਆਰ ਕਰਨ ਵਾਲੇ ਜੌਬ ਲੱਗਣਾ ਚਾਹੁੰਦੇ ਜਿਹੜੇ ਸਟਾਨੋ ਦੇ ਵਿੱਚ ਉਹ ਇਸ ਗਰੁੱਪ ਨੂੰ ਜੁਆਇਨ ਕਰਨ ਤੇ ਧਰਨਾ ਵਿੱਚ ਜ਼ਰੂਰ ਸ਼ਾਮਲ ਹੋਣਾ ਬਾਕੀ ਅਪਡੇਟ ਫਿਰ ਤੁਹਾਨੂੰ ਦਿੰਦੇ ਰਵਾਂਗੇ ਠੀਕ ਹੈ ਥੈਂਕ ਯੂ